ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਆਪਣੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਕਿਸੇ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਆ 84270 19817 ਸਸੀ ਦਾ ਬਾਈ ਸਸੀ ਦਾ ਹਾਂਜੀ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਆਪਣਾ ਨਾਮ ਹਰਦੀਪ ਸੀਤ ਭਾਈ ਮੋਬਾਈਲ ਨੰਬਰ ਬੋਲ ਦੇ ਜੀ 9872117264 98721 17264 17264 ਹਾਂਜੀ ਦੋਨਾਂクセਲ ਆਈ ਹਾਂਜੀ ਸੋ ਵੀਰੋ ਇੱਕ ਬੈੜ ਆ ਇਹ ਸੁਈ ਹੋਈ ਆ 20 25 ਦਿਨਾਂ ਦੇ ਇਸ ਨੂੰ ਸੁਈ ਨਹੀਂ ਹੋ ਗਏ ਤੇ ਇੱਕ ਦੋਸਤੋ ਝੋਟੀਆਂ ਦੂਜਾ ਸੁਈ ਸੁਣੀ ਆ ਇਹਦੀ ਬਣਦੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਦੇ ਕੀ ਮੋਲ ਆ ਤੇ ਕਿੰਨਾ ਪਹਿਲੇ ਸੀ ਦੁੱਧ ਪਾਇਆ ਤੇ ਕਿਹੜੇ ਸੀਮੈਂਟ ਤੋਂ ਗੱਪਣਾ हां जी ਵੀਰੇ ਕਹਿੰਦੇ ਕਿਨੇ ਵਸੇ ਸੁਣਿਆ ਝੋਟੀਏ ਤੇ ਪਹਿਲੇ ਸੇ ਦੁੱਧ ਕਿਨੇ ਪਾਇਏ ਜਿਹਨੇ 12 13 ਲੀਟਰ ਪਾਇਆ 12 ਤੋਂ ਉੱਪਰ ਤੇ ਇਹ ਕਿ ਸੀਮਨ ਕਿਹੜਾ ਲੱਗਿਆ ਜੀ ਇਹ ਸਰਕਾਰੀ ਸੀਮਨ ਸੁਬਹ ਸਰਕਾਰੀ ਸੀਮਨ ਤੋਂ ਗੱਪਣਾ ਪਹਿਲੇ ਸੇ 12 ਲੀਟਰ ਵੀ ਰੱਖਦਾ ਇਸਨੇ ਦੁੱਧ ਪਾਇਆ ਥਣ ਹਵਾਨਾ ਦੋਸਤੋ ਦੇਖ ਸਕਦੇ ਹੋ ਆ ਸਿੰਘ ਦਾ ਮੂੰਹ ਵਾਤਾ ਸਾਫ ਸੁਥਰੀ ਝੋਟੀਏ ਦੇ ਉੱਤੇ ਕੁੰਡੀ ਦੋਸਤੋ ਰੌਂਡ ਸਿੰਘ ਦੇ ਵਿੱਚ ਦੋਸਤੋ ਸਿੰਘ ਆ ਪੈਠ ਬੁੜੇ ਚੜਾਈ ਤੁਹਾਡੇ ਸਾਹਮਣੇ ਆ ਦੋਸਤੋ ਸਰਕਾਰੀ ਸੀਮਨ ਤੋਂ ਗੱਪਣਾ ਕੀ ਆ ਦੋਸਤੋ ਪਹਿਲੇ ਸੂਏ ਦੇਸ਼ ਦੀ ਕੱਟੀ ਆ ਤੁਸੀਂ ਇਹ ਵੀ ਦੇਖ ਸਕਦੇ ਹੋ ਤੁਹਾਨੂੰ ਅੰਦਾਜ਼ਾ ਲਾ ਸਕਦੇ ਹੋ ਕਿ ਬੱਚੇ ਕਿੱਦਾਂ ਦੇ ਪੌਂਦੀ ਪਈ ਆ ਤੇ ਪਹਿਲੇ ਸੂਏ ਦੇਸ਼ ਦੀ ਕੱਟੀ ਆ ਦੋਸਤੋ 14 ਕਿ ਮਹੀਨੇ ਕੱਟੀ ਦੀ ਉਮਰ ਐ ਇਸ ਦੀ ਇਹ ਜੋ ਤੋਂ ਬੰਜ ਦੀ ਘਰ ਰੱਖੀ ਹੋਈ ਐ ਇਸੇ ਮਾਈ ਦੀ ਦੋਸਤੋ ਕੱਟੀ ਹੈਗੀ ਇਹ ਤੇ ਡਿਮਾਂਡ ਵਾਈ ਜਿਹਦੀ ਕੀ ਕਰਦੀ ਆ ਜੀ 99000 ਰੁਪਏ ਮਾਨਦਾਨ ਹੋ ਜਾਊਗਾ ਸੋ ਵੀਰੋ 98000 ਰੁਪਏ ਵੀਰ ਨੇ ਡਿਮਾਂਡ ਕੀਤੀ ਆ ਇਹਦੇ ਵਿੱਚੋਂ ਮਾਨਦਾਨ ਟੋੜਾ ਹੋ ਜਾਊਗਾ ਆ ਦੋਸਤੋ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਦੂਜਾ ਸੂਆ ਸੂਨੀਆ ਦੋਸਤੋ ਬੜਨਾਲੀ ਝੋਟੀਆਂ ਸਾਫ਼ ਸੁਥਰੇ ਹਵਾਨੇ ਦੇ ਵਿੱਚ ਕੱਲਾ ਕੱਲਾ ਥਣ ਨਿਖੜਵਾ ਦੋਸਤੋ ਗਰਲ ਤੇ ਲੱਗਿਆ ਚਾਰ ਚਾਰ ਉਂਗਲੀ ਤੇ ਦੋਸਤੋ ਬੈਰਲ ਤੇ ਥਣ ਲੱਗੇ ਹੋਇਆ ਆਰਡਰ ਦੋਸਤੋ ਇਸ ਦਾ ਅੱਗੇ ਤੋਂ ਲੈ ਕੇ ਸੂਣ ਨੂੰ ਟੱਚ ਕਰਦਾ ਪਿਆ ਦੋਸਤੋ ਚੰਗੇ ਹਵਾਨੇ ਦੇ ਵਿੱਚ ਆ ਦੋਸਤੋ ਪਿਓਰ ਮੋਹਰਾ ਵਜ਼ੀਰ ਦੀ ਝੋਟੀ ਆ ਦੂਜਾ ਸੂਰ ਸੂਰੀ ਆ ਸੂਣ ਦੇ ਕਿੰਨੇ ਦਿਨ ਵਾਕਿਆ ਨਟ ਜਾਵੇਂ ਤਿੰਨ ਚਾਰ ਦਿਨ ਬਾਅਦ ਸੂਰੋ ਵੀਰ ਚਾਰ ਕਿ ਦਿਨ ਦੱਸਦਾ ਪਿਆ ਨਟ ਸੂਣ ਦੇ ਵਿੱਚ ਬਾਕੀ ਆ ਦੋ ਚਾਰ ਦਿਨ ਤੋਂ ਸੂਰ ਦੋਸਤੋ ਉੱਪਰ ਨੀਚੇ ਵੀ ਲੈ ਜਾਂਦਾ ਹੁੰਦਾ ਮੰਨ ਕੇ ਚੱਲੋ ਵੀ 7-8 ਦਿਨ ਦੇ ਵਿੱਚ ਵਾ ਜਿਸ ਨੇ ਬੱਚਾ ਦੇ ਦੇਣਾ ਬੱਚਾ ਵੀ ਦੋਸਤੋ ਚੰਗਾ ਪਾਊ 99000 ਰੁਪਏ ਦੋਸਤੋ ਇਸ ਦੀ ਡਿਮਾਂਡ ਆ 98000 ਦੇ ਵਿੱਚੋਂ ਮਾਰਦਾਨ ਤੁਹਾਡਾ ਹੋ ਜਾਊਗਾ 14-15 ਕਿਲੋ ਦੁੱਧ ਪਾਉਣ ਦੀ ਦੋਸਤੋ ਇਸ ਤੋਂ ਉਮੀਦ ਆ ਹਾਂਜੀ ਭਾਈ ਬੈੜ ਕਿੰਨਾ ਸੂਈ ਹੋਈ ਜੀ ਕਿਤੀ ਜੇ ਸੂਈ ਹੋਈ ਜੀ ਸੂਈ ਨੂੰ ਟਾਈਮ ਕਿੰਨਾ ਲੱਗੋਗਾ ਜੀ 25 ਦਿਨ ਲੱਗੋਗੇ ਸੂਰ 25 ਦਿਨ ਅਸ ਨੂੰ ਸੂਈ ਨਹੀਂ ਹੋ ਚੁੱਕਿਆ ਪਿੱਛੇ ਤੁਸੀਂ ਬੱਚਾ ਦੇਖ ਸਕਦੇ ਬੱਚਾ ਇਸ ਦੇ ਮੇਲ ਆ ਦੋਸਤੋ ਬੱਚਾ ਇਸ ਦੇ ਨਾਲ ਆਗਾ 25 ਦਿਨ ਸੂਈ ਨੂੰ ਹੋਗੇ ਦੁੱਧ ਕਿੰਨਾ ਜੇ ਨੈਟ ਜਮਾ 17 ਲੀਟਰ ਜੀ ਤੇ ਡਿਮਾਂਡ ਇਹਦੀ ਕੀ ਆ ਜੀ ਇਹਦਾ 42 ਹੀ ਆ ਸੋ ਵੀਰ 42000 ਡਿਮਾਂਡ ਹੈ ਇਹਦੇ ਵਿੱਚ ਮਾਣਦਾਨ ਤੁਹਾਡਾ ਹੋ ਜੂਗਾ 17 ਲੀਟਰ ਦੁੱਧ ਇਹਦੇ ਥੱਲੇ ਰੈਡੀ ਆ ਆ ਥਾਨ ਹਵਾਨਾ ਦੇਖ ਸਕਦੇ ਹੋ ਕੱਲਾ ਕੱਲਾ ਥਾਨ ਨਿਕਲਵਾ ਸਾਫ ਆ ਵੀਡੀਓ ਕਵਰ ਕਰਨ ਦਾ ਟਾਈਮ ਦੋਸਤੋ ਆਪਣਾ ਸਾਮ ਦਾ 4 ਵਜੇ ਦਾ ਟਾਈਮ ਹੈ ਮਿਲਕਿੰਗ ਇਹਦੀ ਹੋਣੀ ਆ ਉਸ ਹਿਸਾਬ ਨਾਲ ਦੋਸਤੋ ਐਸਟੀਮੇਟ ਤੁਸੀਂ ਲਾ ਲਿਓ ਆਰਡਰ ਤੁਹਾਡੇ ਸਾਹਮਣੇ ਦੋਸਤੋ ਆਰਡਰ ਦੀ ਸਾਫ ਆ ਦੋਸਤੋ ਆਰਡਰ ਤੁਹਾਡੇ ਸਾਹਮਣੇ ਸਾਫ ਸੁਥਰਾ ਹਵਾਨਾਗਾ ਕੱਲਾ ਕੱਲਾ ਥਾਨ ਨਿਕਲਵਾ ਦੋਸਤੋ ਤਰੀਕ ਥਣਾ ਜੇ ਥੋੜੀ ਜੀ ਲੈ ਚਲੋ ਵੀਰੇ ਬਾਹਰ ਨੂੰ ਡਿਮਾਂਡ ਇਹਦੀ ਕੀਤੀ ਵੀਰ ਨੇ 42000 ਰੁਪਏ ਆ ਵੀਰੋ ਠੰਡ ਹਵਾਨਾ ਤੁਸੀਂ ਦੇਖ ਸਕਦੇ ਹੋ ਦੋਸਤੋ ਆਰਡਰ ਦੋਸਤੋ ਇਹਦਾ ਓਕੇ ਆ ਥਣਕ ਅਲੱਗ-ਅਲੱਗ ਤੇ 4 ਕਿਬੇ ਦਾ ਆਪਣਾ ਟਾਈਮ ਆ 17 ਕਿਲੋ ਵੀਰ ਦੱਸਦਾ ਦੁੱਧ ਰੈਡੀਆ ਥੱਲੇ ਦੇ ਪਿੱਛੇ ਬੱਚਾ ਬੱਚਾਗਾ ਤੇ 25 ਦਿਨ ਹੋ ਗਏ ਸੂਈ ਨੂੰ ਮਹੀਨੇ ਦੇ ਲਗਭਗ ਦੋਸਤੋ 42000 ਡਿਮਾਂਡ ਆ ਇਹਦੇ ਵਿੱਚੋਂ ਮਾਰਦਾਨੇ ਟੋਡਾ ਹੋ ਜਾਊਗਾ ਤੀਜਾ ਸੂਆ ਇਹ ਸੂਈ ਵੀ ਆ ਪ्योर ਐਚਐਫ ਬਰੀਡ ਦੇ ਦੋਸਤੋ ਸੋ ਵੀਰੋ ਅੱਜ ਦੀ ਵੀਡੀਓ ਆਪਾਂ ਦੋਸਤੋ ਭਦੌੜ ਤੋਂ ਕਵਰ ਕਰ ਚੁੱਕੇ ਆ ਜ਼ਿਲ੍ਹਾ ਬਰਨਾਲਾ ਦੋਸਤੋ ਮੇਰੇ ਪਿੰਡ ਤੋਂ 4 ਕਿਲੋਮੀਟਰ ਦੂਰੀ ਦੇ ਦੋਸਤੋ ਪਿੰਡ ਆ ਪਹਿਲੇ ਦੂਜੇ ਸੂਏ ਛੋਟੀ ਸੂਣੀ ਹੈਗੀ ਡਿਮਾਂਡ ਇਹਦੀ 98000 ਰੁਪਿਆ ਤੇ ਦੂਜੇ ਨੰਬਰ ਤੇ ਦੋਸਤੋ ਬੈਡ ਤੀਜਾ ਸੂਈ ਸੂਈ ਹੋਈ ਡਿਮਾਂਡ ਇਹਦੀ 42000 ਰੁਪਿਆ ਪਿੱਛੇ ਬਚਾ ਜੀ ਦੋਸਤੋ ਬਚਾਗਾ ਤੇ 25 22 ਦਿਨ ਹੋ ਗਏ ਸੂਈ ਨੂੰ 17 ਕਿਲੋ ਤੋਂ ਰੈਡੀ ਹੈ ਇਹ ਦੋ ਨਗ ਬਾਈ ਕੋਲ ਫਾਰ ਸੇਲ ਆ ਇਹਨਾਂ ਦੋਨੇ ਨਗਾ ਦੇ ਵਿੱਚੋਂ ਕੋਈ ਵੀ ਨਗਾ ਕਿਸੇ ਵੀਰ ਦੇ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰਕੇ ਖਰੀਦ ਸਕਦੇ ਹੋ ਸੋ ਬਣੇ ਰਹੋ ਆਪਣੇ YouTube ਚੈਨਲ ਤੇ ਲੋਡਰੀ ਫਾਰਮ ਬਰਨਾਲਾ ਦੇ ਨਾਲ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ